हाँ जी भाई, की हाल चाल ने। मैं तुहाडा गुरी ते तुहाडे आ ब्लॉग दे विच आपां स्वागत करदे आ तुहाडे सारयां दा। ते ए ब्लॉग दे विच गल करनी आ अपना ओजिस आ। ओजिस भरा ने हुणी आपदा कॉलेज चेंज कराया सेंट क्लेयर विंडसर तों दुरम कॉलेज दे विच। लाइव आपां सारी गल करांगे किन्ने क फीस रिफंड आई आ, किदां दा प्रोसैस सी, की इहनूं करना पिआ, किदां ने वीजा चेंज कराया, हर एक गल करांगे आ ब्लॉग दे विच। तां ब्लॉग एंड तक देख लिओ। सब तों पहलां ओजिस भाई, तेरा अपने ब्लॉग च बहुत बहुत धन्नवाद भाई। शुक्रिया जी। ते नाल अपने गुरी बैठा, गुरी का भी बहुत बहुत धन्यवाद अपने ब्लॉग च। गुरी हुण मोस्टली ब्लॉग गुरी ने बहुत आ रहे हैं, तो ओजी सपाई ने भी हुण अगे आउणगे। ते उस तो बाद आपां गल करदे आ हुण, सब तो पहला प्रोसैस की है, किदां आपां सेंट क्लेयर तो बाई ने धर्म कॉलेज करवाया भाई। सब तो पहला स्टैप की सी भाई? मेरा पहला स्टैप सी कि जिहड़ा हुण मैं कॉलेज लेना है, मतलब जिहड़ा धर्म ले आया मैं, अच्छा, उहदे विच देखना कि मेरे कोर्स ओपन है। अच्छा, क्योंकि मैनूं इनटेक 2024 वाला जनवरी ही चाहिदा सी। अच्छा, क्योंकि नहीं तां 4 महीने दी ड्रॉप दे दिंदे कॉलेज वाले। हां, ते जे सानूं 4 महीने दा ड्रॉप मिलदा, इहदा मतलब सानूं इंडिया वापस जाना पऊगा। इह वी इक ध्यान च रखियो, इह ना क्योंकि इत्थों आ के जंटां नूं पैसे देवांगे, जंट इत्थों चार्ज करदे आ कॉलेज चेंज कराउण दा $3,000 तों लैके $4,000 फीस, जो कि तुसीं आप भी कर सकदे जिद्दां बाई ने आप करिया। तां बाई दी आईडी वी मैं उत्ते मैंशन कर देना। बाई दी आईडी की है? मेरी आईडी हैगी ओजिस जसवाल _003। इहनूं बाई नूं डायरेक्ट मैसेज कर लियो, कुड़ी होवे मुंडा होवे कोई मर्जी, बाई नूं मैसेज करके पुछ लियो, सानूं बहुत वधिया नॉलेज दूगा। ते कोई बाई पैसे चार्ज नहीं करदा। नाल गुरी आ उह हुण धर्म कॉलेज ओशो कैंट च पढ़ी जांदा। ਉਹ ਤੋਂ ਵੀ ਜੇ ਕਿਸੇ ਨੇ ਕਾਲਜ ਵਗੈਰਾ ਬਾਰੇ ਪੁੱਛਣਾ, ਕੋਈ ਕੋਰਸ ਪੁੱਛਣਾ, ਕਿਸੇ ਨੂੰ ਕਾਲਜ ਦੇ ਵਿੱਚ ਹੁਣ ਹੈਲਪ ਚਾਹੀਦੀ, ਕਿਉਂਕਿ ਮੈਂ ਤਾਂ ਵਰਕ ਪਰਮਿਟ ਤੇ ਆ, ਪਰ ਉਹ ਬੰਦਾ ਗੁਰੀ ਨੂੰ ਆਪਣਾ ਮੈਸੇਜ ਕਰਦਾ। ਗੁਰੀ ਦੀ ਆਈਡੀ ਹੈਗੀ i_guri ਉਹਦੇ ਨਾਂ ਤੇ। ਤੇ ਬਾਈ ਚਲੋ, ਪਹਿਲਾਂ ਆਪਾਂ ਨੂੰ ਸਟੈਪ ਪਤਾ ਲੱਗ ਗਿਆ ਨਾ ਤੁਹਾਨੂੰ ਸਾਰਿਆਂ ਨੂੰ। ਪਹਿਲਾ ਸਟੈਪ ਕੀ ਹੈ? ਜਿਹੜਾ ਕਾਲਜ ਤੁਸੀਂ ਲੈਣਾ, ਜਿਹੜਾ ਲਿਆ ਨੀ, ਜਿਹੜਾ ਲੈਣਾ ਅੱਗੇ ਜਾ ਕੇ, ਉਹਦੇ ਵਿੱਚ ਓਵਰ ਰੇਟ ਚੈੱਕ ਕਰਨਾ ਕਿ ਉਹ ਕੋਰਸ ਅਵੇਲੇਬਲ ਹੈਗਾ ਕਿ ਨਹੀਂ ਹੈਗਾ, ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ, ਕਿ ਤੁਹਾਨੂੰ 4 ਮਹੀਨੇ ਡਰੋਪ ਨਾ ਮਿਲਦਾ ਹੋਵੇ। ਚਲੋ ਬਾਈ, ਹੁਣ ਤੁਹਾਡਾ ਆਫਰ ਲੈਟਰ ਵੀ ਆ ਗਿਆ, ਦੂਜਾ ਸਟੈਪ ਕੀ ਕਰਿਆ ਬਾਈ? ਦੂਜਾ ਸਟੈਪ ਹੈ ਕਿ ਅਸੀਂ ਫੀ ਪੇ ਕਰਨੀ ਹੈ ਇੱਕ ਸਮੈਸਟਰ ਦੀ ਮਿਨੀਮਮ ਇੱਥੇ ਆ ਕੇ, ਕਿਉਂਕਿ ਜਿਹੜਾ ਪੁਰਾਣਾ ਕਾਲਜ ਹੈ ਉਹ ਸਾਡਾ ਪਰੂਫ ਮੰਗਦਾ ਹੈ ਕਿ ਤੁਸੀਂ ਇੱਥੇ ਆ ਕੇ ਕਿਸੇ ਹੋਰ ਕਾਲਜ 'ਚ ਐਡਮਿਸ਼ਨ ਲਈ ਹੈ ਕਿ ਨਹੀਂ ਲਈ ਹੈ। ਠੀਕ। ਦੂਜਾ ਪਤਾ ਲੱਗ ਗਿਆ ਨਾ, ਪਹਿਲਾ ਸਟੈਪ ਆਫਰ ਲੈਟਰ ਲੈਣਾ ਨਵੇਂ ਕਾਲਜ ਤੋਂ, ਦੂਜਾ ਸਟੈਪ ਉਹ ਨਵੇਂ ਕਾਲਜ ਦੇ ਵਿੱਚ ਤੁਸੀਂ ਇੱਕ ਸਮੈਸਟਰ ਦੀ ਫੀਸ ਭਰਨੀ ਆ। ਇੰਡੀਆ ਤੋਂ ਆਪਾਂ ਸਾਲ ਦੀ ਭਰਦੇ ਹਾਂ, ਇੱਥੇ ਆਪਾਂ ਸਮੈਸਟਰ ਬਾਈ ਭਰਨੀ ਹੁੰਦੀ ਆ। ਇੱਕ ਸਮੈਸਟਰ ਦੀ ਜਿਵੇਂ 6 ਤੋਂ ਲੈ ਕੇ $8,000 ਫੀਸ ਹੁੰਦੀ ਆ ਅਪਰੋਕਸੀਮੇਟ, ਤਾਂ ਉਨੀ ਤੁਸੀਂ ਇੱਕ ਸਮੈਸਟਰ ਦੀ ਫੀਸ ਭਰ ਕੇ ਉਹਦੀ ਰਿਸਿਪਟ ਨਾ ਰਹਿਣੀ ਆ। ਤੀਜਾ ਸਟੈਪ ਕੀ ਆ ਬਾਈ? ਤੀਜਾ ਸਟੈਪ ਹੈ ਕਿ ਆਪਾਂ ਕਾਲਜ ਨੂੰ ਰੀਫੰਡ ਵਾਸਤੇ ਰਿਕੁਐਸਟ ਪਾਣੀ ਹੈ ਆਪਣੇ ਪੁਰਾਣੇ ਏਜੰਟ ਦੇ ਥਰੂ। ਅੱਛਾ ਅੱਛਾ। ਕਿਉਂਕਿ ਫਿਰ ਉਹ ਰਿਟਰਨ ਵਿੱਚ ਲਿਖਦਾ ਕਿ ਸਭ ਕੁਝ ਕਿ ਇਹਦੇ ਰੀਜ਼ਨ ਸੀ ਤੇ ਇਹਨੇ ਰੀਫੰਡ ਪਾਇਆ ਹੈ। ਰੀਜ਼ਨ ਮੋਸਟਲੀ ਇੱਦਾਂ ਹੁੰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਉੱਥੇ ਜਾ ਕੇ ਸਾਨੂੰ ਆਪਦਾ ਕੋਈ ਰਿਸ਼ਤੇਦਾਰ ਨਹੀਂ ਮਿਲਿਆ ਤੇ ਇੱਥੇ ਸਾਡੇ ਆਪਦੇ ਨੋਨ ਨੇ ਤੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹਾਂ, ਤਾਂ ਮੈਂ ਉਹ ਜਗ੍ਹਾ ਨੂੰ ਛੱਡ ਕੇ ਮੈਂ ਆਹ ਕਾਲਜ ਦੇ ਵਿੱਚ ਆ ਰਿਹਾ। ਤੇ ਆਪਾਂ ਨਾਲ ਉਹਦੇ ਅਟੈਚ ਕਰਦੇ ਹਾਂ ਆਪਣੀ ਕਾਲਜ ਦੀ ਫੀਸ ਜਿਹੜੀ ਪੇ ਕੀਤੀ ਹੁੰਦੀ ਉਹਦੀ ਰਿਸਿਪਟ, ਦੂਜੇ ਨੰਬਰ ਤੇ ਆਪਾਂ ਆਫਰ ਲੈਟਰ ਅਟੈਚ ਕਰਦੇ ਹਾਂ ਨਾਲ। ਹੁਣ ਤੁਹਾਨੂੰ 3 ਸਟੈਪ ਸਮਝ ਆ ਗਏ ਨਾ ਕਿਹੜੇ ਕਿਹੜੇ ਆ। ਹੁਣ ਬਾਈ ਚੌਥਾ ਸਟੈਪ ਕੀ ਹੈ? ਜਦੋਂ ਆਪਾਂ ਨੂੰ ਆਪਾਂ ਫੀਸ ਰਿਫੰਡ ਉੱਤੇ ਆਪਣੇ ਪੁਰਾਣੇ ਏਜੰਟ ਤੋਂ ਪਾ ਦਿੰਦੇ ਹਾਂ ਕਾਲਜ ਨੂੰ, ਉਸ ਤੋਂ ਬਾਅਦ ਕੀ ਹੁੰਦਾ ਬਾਈ? ਕਈ ਕਈ ਕਾਲਜ ਤਾਂ ਆਪਣੇ ਜਿਹੜੇ ਏਜੰਟ ਥਰੂ ਹੀ ਕਰ ਦਿੰਦੇ ਆ, ਤੇ ਮੈਨੂੰ ਇਨ ਪਰਸਨ ਬੁਲਾਇਆ ਸੀ ਇਹਨਾਂ ਨੇ ਪਹਿਲਾਂ, ਈਮੇਲ ਤਾਂ ਆਪਾਂ ਪਾਈ ਸੀ ਪਹਿਲਾਂ। ਪਤਾ ਕੀ ਹੋਇਆ, ਮੈਂ ਲਾਉਂਦਾ ਤੁਹਾਨੂੰ ਬਰੀਫ ਚ, ਪਹਿਲਾਂ ਇਹਦਾ ਡਿਨਾਈ ਕਰਤਾ ਇਹਨੇ ਜਦੋਂ ਮੇਲ ਪਾਈ, ਇਹਦਾ ਡਿਨਾਈ ਕਰਤਾ, ਕਹਿੰਦੇ ਕਿ ਹਾਂ ਨਹੀਂ ਆਊਗਾ, ਤੁਹਾਡਾ ਰਿਫੰਡ ਨਹੀਂ ਆਊਗਾ। ਜਾਂ ਤਾਂ ਕਾਲਜ ਆ ਜਾਓ ਤੁਸੀਂ 15 ਤਰੀਕ ਤੋਂ ਪਹਿਲਾਂ, 15 ਜਨਵਰੀ ਸੀ, ਇਹ ਵਿਚਾਰਾ ਗਿਆ ਇੱਥੋਂ ਵਿੰਡਸਰ ਤੱਕ, ਅਸੀਂ ਗਏ ਸਾਰੇ, ਮੈਂ ਇਹਦਾ ਭਰਾ ਤੇ ਇਹ ਨਾਲ ਇੱਕ ਹੋਰ ਮੁੰਡਾ ਸੀ, ਅਸੀਂ ਗਏ ਉੱਥੇ, ਪਹਿਲੀ ਵਾਰੀ ਉਹਨਾਂ ਨੇ ਮਨਾ ਕਰਤਾ, ਫਿਰ ਤੋਂ ਬੁਲਾਇਆ। ਉੱਥੇ ਜਾ ਕੇ ਸਾਨੂੰ ਪਤਾ ਚੱਲਿਆ ਕਿ ਪਹਿਲੇ ਸਮੈਸਟਰ ਦੀ ਫੀਸ ਨਹੀਂ ਆਉਣੀ, ਪਹਿਲੇ ਸਮੈਸਟਰ ਦੀ ਜੋ ਕਿ ਸੀਗੀ $8,000 ਤੇ $3,000 ਉਹਦਾ ਅਕੋਮੋਡੇਸ਼ਨ ਦਾ, $11,000 ਟੋਟਲ ਰਹਿ ਗਏ। ਕਹਿੰਦੇ ਦੂਜੇ ਦੀ ਆਊਗੀ, ਅਭੀ ਪਤਾ ਨਹੀਂ ਹੈ ਕਿ ਆਊਗੀ ਕਿ ਨਹੀਂ ਆਊਗੀ, ਮਤਲਬ ਇਹਦਾ ਕਹਿਣ ਦਾ ਮਤਲਬ ਇਹ ਕਿ $11,000 ਤਾਂ ਬੰਦੇ ਦਾ ਡੁੱਬ ਹੀ ਗਿਆ, ਜਿਹੜਾ ਇੰਡੀਆ ਦੇ ਹਿਸਾਬ ਨਾਲ 6.5 ਤੋਂ ਲੈ ਕੇ 7 ਲੱਖ ਰੁਪਇਆ ਬਣਦਾ, ਜੋ ਇਹਨੂੰ ਕਦੇ ਹੁਣ ਮਿਲੂਗਾ ਨੀ। ਕਿਉਂਕਿ ਕਾਲਜ ਦੀ ਪਾਲਿਸੀ ਹੁੰਦੀ, ਉਹ ਲਿਖਦੇ ਹੁੰਦੇ ਆਫਰ ਲੈਟਰ ਤੇ ਕਿ ਤੁਸੀਂ ਸਾਨੂੰ, ਅਸੀਂ ਉਹਨੂੰ ਫੀਸ ਰਿਫੰਡ ਨਹੀਂ ਕਰਨੀ। ਕਈ ਕਾਲਜ ਆਫਰ ਲੈਟਰ ਤੇ ਨਹੀਂ ਲਿਖਦੇ, ਪਰ ਬੈਕਗਰਾਉਂਡ ਦੇ ਵਿੱਚ ਉਹਨੂੰ ਪਤਾ ਹੁੰਦਾ ਕਿ ਜੇ ਜਵਾਕ ਸਾਡਾ ਕੇ ਚੇਂਜ ਕਰਾਊਗਾ, ਅਸੀਂ ਪੈਸੇ ਨਹੀਂ ਦੇਣੇ। ਠੀਕ ਆ, ਹੁਣ ਇਹ ਬਾਈ ਨੂੰ ਦੂਜੇ ਸਮੈਸਟਰ ਦੀ ਫੀਸ ਵਾਪਸ ਆਉਣੀ ਆ, ਪਰ ਪਤਾ ਨਹੀਂ ਆਊਗੀ ਕਿ ਨਹੀਂ ਆਊ, ਉਹਨੂੰ ਕੀ ਇਸ਼ੂ ਕਰਨਗੇ। $11,000 ਤਾਂ ਉਹਨੇ ਆਲਰੇਡੀ ਰੱਖ ਲਿਆ, $18,000 ਬਾਈ ਪੂਰਾ ਭਰ ਕੇ ਆਇਆ ਸੀ। ਹੁਣ ਬਾਈ ਤੇਰੇ ਕੋਲ 7,000 ਆ, ਚੱਲ ਮੰਨ ਕੇ ਚਲੋ ਇਨ ਫਿਊਚਰ ਆਊਗਾ, ਉਹ ਚਲੋ ਬਾਅਦ ਦੀਆਂ ਗੱਲਾਂ। ਹੁਣ ਬਾਈ ਆਪਾਂ ਚਲੋ ਤੁਸੀਂ ਜਾ ਕੇ ਉੱਥੇ ਉਹਨਾਂ ਨਾਲ ਗੱਲ ਕਰੀ ਤੁਹਾਡੀ, ਚਲੋ ਜੋ ਵੀ ਗੱਲ ਹੋਈ, ਤੁਹਾਨੂੰ ਉਹਨੇ ਫੀਸ ਕਹਿਤਾ ਕਿ ਇੰਨੀ ਕਿ ਵਾਪਸ ਆ ਜਾਣੇ ਆ, ਜੋ ਕਿ ਲੀਗਲ ਆ ਕਿ ਨਹੀਂ, ਉਹਨਾਂ ਨੂੰ ਇਕੱਲੀ ਅਕੋਮੋਡੇਸ਼ਨ ਦੀ ਕੱਟਣੀ ਚਾਹੀਦੀ ਸੀ, ਬਾਕੀ ਮੋੜਨੀ ਚਾਹੀਦੀ ਸੀ। ਚਲੋ ਬਾਈ, ਹੁਣ ਆਪਾਂ ਚਲੋ ਫੀਸ ਰਿਫੰਡ ਆ ਗਈ, ਉਸ ਤੋਂ ਬਾਅਦ ਚੌਥਾ ਪੰਜਵਾਂ ਸਟੈਪ ਕੀ ਆ ਬਾਈ ਤੇਰੇ ਅੱਗੇ?
ਜਿਵੇਂ ਅੱਜ ਕੱਲ ਰੂਲ ਚੱਲਿਆ ਨਵਾਂ ਕੈਨੇਡਾ ਵਿੱਚ ਕਿ ਕਈ ਕਾਲਜ ਡੀਐਲਏ ਤੋਂ ਕੱਢ ਦਿੱਤੇ ਆ ਹਾਂ ਤੇ ਉਹ ਦੱਸ ਦੋ ਕਿ ਕਿਵੇਂ ਕਿਵੇਂ ਹੁੰਦਾ ਕਿ ਕਿਆ ਪ੍ਰੋਸੈਸ ਆ ਡੀਐਲਏ ਨੰਬਰ ਦਾ ਬਈ ਇਹ ਹੁੰਦਾ ਕਾਲਜ ਸਰਕਾਰੀ ਹੁੰਦੇ ਆ ਜਦੋਂ ਆਪਾਂ ਕਿਸੇ ਵੀ ਗਵਰਨਮੈਂਟ ਕਾਲਜ ਦੇ ਵਿੱਚ ਆਪਾਂ 2 ਸਾਲ ਸਟੱਡੀ ਕਰਦੇ ਆ ਪ੍ਰਾਈਵੇਟ ਕਾਲਜ ਦੇ ਨਾਂ ਨਹੀਂ ਲੈਂਦਾ ਸਰਕਾਰੀ ਕਾਲਜ ਗਵਰਨਮੈਂਟ ਕਾਲਜ ਗਵਰਨਮੈਂਟ ਜਦੋਂ ਆਪਾਂ ਕਾਲਜ ਸਟੱਡੀ ਕਰਾਂਗੇ ਪਬਲਿਕ ਦੇ ਵਿੱਚ ਉੱਥੇ ਆਪਾਂ 2 ਸਾਲ ਸਟੱਡੀ ਕਰਨ ਤੋਂ ਬਾਅਦ ਆਪਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਜੇ ਆਪਾਂ 1 ਸਾਲ ਦਾ ਕੋਰਸ ਲੈ ਕੇ ਜਾਂਦੇ ਆਪਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਪਰ ਜਿਹੜੇ ਕਾਲਜਾਂ ਦਾ ਟਾਈ ਅਪ ਸੀ ਪ੍ਰਾਈਵੇਟ ਕਾਲਜਾਂ ਦਾ ਗਵਰਨਮੈਂਟ ਕਾਲਜਾਂ ਨਾਲ ਹੁਣ ਤੁਹਾਨੂੰ ਪਤਾ ਕਿ ਸਾਰੇ ਚੱਕਤੇ ਉਹਨਾਂ ਨੇ ਕਿਉਂਕਿ ਸਰਕਾਰ ਨੂੰ ਪਤਾ ਲੱਗ ਜਾਂਦਾ ਕਿ ਵਿੱਚੋਂ ਘਪਲਾ ਹੋਈ ਜਾਂਦਾ ਪੈਸੇ ਖਾਈ ਜਾਂਦੇ ਆ ਤੇ ਉਹ ਕਾਲਜਾਂ 'ਚ ਨਾ ਫਸਿਓ ਜਦੋਂ ਤੁਸੀਂ ਇੰਟਰਨੈਟ 'ਤੇ ਜਾ ਕੇ ਚੈੱਕ ਕਰੋਗੇ ਨਾ ਕਾਲਜ ਦਾ ਨਾਮ ਪਾ ਕੇ ਉਹਦਾ ਡੀਐਲਆਈ ਨੰਬਰ ਹੈਗਾ ਕਿ ਨਹੀਂ ਹੈਗਾ ਤੁਹਾਨੂੰ ਪਤਾ ਲੱਗ ਜੂ ਜੇ ਹੋਇਆ ਫਿਰ ਉਹ ਵਰਕ ਪਰਮਿਟ ਦਊਗਾ ਨਹੀਂ ਉਹਨੇ ਵਰਕ ਪਰਮਿਟ ਨਹੀਂ ਦੇਣਾ ਹੁਣ ਤੁਹਾਡੇ ਕਿੰਨੇ ਸਟੈਪ ਕਲੀਅਰ ਹੋ ਗਏ ਪਹਿਲਾਂ ਕਾਲਜ ਲੱਭਣਾ ਜਿਹ 'ਚ ਤੁਸੀਂ ਆਫਰ ਲੈਟਰ ਅਪਲਾਈ ਕਰਨੀ ਦੂਜੇ ਨੰਬਰ 'ਤੇ ਕੋਰਸ ਦੇਖਣਾ ਹੈਗਾ ਕਿ ਨਹੀਂ ਹੈਗਾ ਤੀਜੇ ਨੰਬਰ 'ਤੇ ਫੀਸ ਭਰਨੀ ਆ ਚੌਥਾ ਨੰਬਰ ਸਟੈਪ ਜਦੋਂ ਤੁਸੀਂ 3 ਸਟੈਪ ਪੂਰੇ ਕਰ ਲਏ ਫਿਰ ਚੌਥੇ ਨੰਬਰ 'ਤੇ ਜਿਹੜਾ ਪੁਰਾਣਾ ਕਾਲਜ ਆ ਉਹਨੂੰ ਫੀਸ ਰਿਫੰਡ ਬਾਰੇ ਮੇਲ ਪਾਉਣੀ ਆ ਪੈਸੇ ਤੁਹਾਡੇ ਮੈਨੂੰ ਪਤਾ ਮਾਰੇ ਜਾਣਗੇ ਪਰ ਕੋਈ ਗੱਲ ਨਹੀਂ ਜੇ ਤੁਸੀਂ ਪਹਿਲਾਂ ਸੋਚ ਕੇ ਆਉਂਦੇ ਸ਼ਾਇਦ ਤੁਸੀਂ ਨਾ ਮਾਰੇ ਜਾਂਦੇ ਪਰ ਦਿਮਾਗ ਚਲਾਇਆ ਕਰੋ ਤਾਂ ਹੀ ਅਸੀਂ ਵਾਰ ਵਾਰ ਤੁਹਾਨੂੰ ਕਹਿੰਦੇ ਹੁੰਦੇ ਕਿ ਬਾਈ ਬਿਨਾਂ ਗੱਲੋਂ ਏਜੰਟਾਂ ਦੇ ਪਿੱਛੇ ਲੱਗ ਕੇ ਫੈਸਲੇ ਨਾਲ ਲਿਆ ਕਰੋ ਕਿ ਅਸੀਂ ਤਾਂ ਬਾਈ ਕੈਨੇਡਾ ਹੀ ਜਾਣਾ ਕਿ ਮੈਂ ਇੱਥੇ ਭੂਤ ਚੜੀਏ ਕਿ ਬਾਈ ਆਉਣੇ ਹੀ ਆਉਣਾ ਤਾਂ ਕਹਿਣਾ ਹੁਣ $11,000 ਬਾਈ ਥੋੜਾ ਨਹੀਂ ਹੁੰਦਾ ਇੰਡੀਆ ਦਾ 7 ਲੱਖ ਰੁਪਇਆ ਘਰਦਿਆਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੋਇਆ ਬਹੁਤ ਮਿੰਨਤਾਂ ਕਰੀਆਂ ਅਸੀਂ ਕਾਲ ਦੀਆਂ ਅਸੀਂ ਉਹਨੂੰ ਮੇਲ ਵੀ ਕੀਤੀ ਕਾਲ ਵੀ ਕੀਤੀ ਪਰ ਕੋਈ ਰਿਸਪੋਂਸ ਨਹੀਂ ਆ ਰਿਹਾ ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਕਿ ਅਸੀਂ ਉਹਨੂੰ ਪਹਿਲੇ ਦਿਨ ਨਹੀਂ ਮੋੜਾਂਗੇ ਸਾਨੂੰ ਪਹਿਲਾਂ ਦੱਸਣਾ ਸੀ ਹੁਣ ਕਾਲਜ ਸਟਾਰਟ ਹੋਣ ਤੋਂ ਪਹਿਲਾਂ ਕਲਾਸ ਅਸੀਂ ਉਹਨੂੰ ਮੇਲ ਪਾਤੀ ਸੀ ਪਰ ਤੁਹਾਨੂੰ ਪਤਾ ਜਿਹਨੇ ਨੱਪਣੇ ਆਉਂਦੇ ਨੱਪ ਹੀ ਲੈਂਦਾ ਉਸ ਤੋਂ ਬਾਅਦ ਬਾਈ 4 ਸਟੈਪ ਹੋ ਗਏ ਤੇਰਾ ਚਲੋ ਉੱਥੇ ਰਿਫੰਡ ਆ ਗਿਆ ਤੇ ਡੀਐਲਐਮਏ ਨੰਬਰ ਬਾਈ ਨੂੰ ਪਤਾ ਲੱਗ ਗਿਆ ਹੁਣ ਕਿ ਉਹ ਚੈੱਕ ਕਰਕੇ ਫਿਰ ਆਪਾਂ ਅਗਲੇ ਕਾਲਜ ਦੇ ਵਿੱਚ ਓਵਰਲੈਟ ਅਪਲਾਈ ਕਰਨਾ ਹੁਣ ਤੁਸੀਂ ਦੁਰਮੁਲ ਕਾਲਜ ਦੇ ਵਿੱਚ ਓਵਰਲੈਟ ਅਪਲਾਈ ਕਰਤਾ ਉਸ ਤੋਂ ਜਿਹੜਾ 5ਵਾਂ ਸਟੈਪ ਕੀ ਹੋਇਆ ਸੀ ਆਈਆਰਸੀਸੀ ਨੂੰ ਇਨਫੋਰਮ ਕੀਤਾ ਕਿ ਮੈਂ ਕਾਲਜ ਚੇਂਜ ਕਰਵਾਇਆ ਹੈ ਮੇਰਾ ਇਹ ਰੀਜ਼ਨ ਸੀ ਕਿ ਉਹਨਾਂ ਨੂੰ ਇੱਕ ਪ੍ਰੂਫ ਦੇਣਾ ਪੈਂਦਾ ਕਿ ਆਪਾਂ ਕਾਲਜ ਚੇਂਜ ਕਰਾਤਾ ਕਿਉਂਕਿ ਬਾਅਦ ਚੋਂ ਆਈਆਰਸੀਸੀ ਸਾਨੂੰ ਆਪਣੇ ਵਰਕ ਪਰਮਿਟ ਵਾਸਤੇ ਉਹ ਕਰਦੀ ਹੈ ਵਿੱਚ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਬੰਦਾ ਇਲੀਗਲ ਰਹਿ ਗਿਆ ਤੇ ਇਹਨੇ ਰਿਫੰਡ ਕਰਾ ਕੇ ਬੰਦੇ ਨੇ ਬਿਜ਼ਨਸ ਇਨਵੈਸਟ ਕਰਤਾ ਕੋਈ ਕੰਮ ਖੋਲ ਲਿਆ ਆਪਣਾ ਉਹ ਕਹਿੰਦੇ ਜੇ ਤੂੰ ਸਟੱਡੀ ਕਰਨਾ ਤਾਂ ਸਟੱਡੀ ਕਰੋ ਬਸ ਸਟੱਡੀ ਕਰਕੇ ਜਾਓ ਤੁਸੀਂ ਉਹ ਤਾਂ ਸਾਡਾ ਬਾਅਦ ਚ ਹੈ ਕਿ ਸਾਨੂੰ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ ਇਹਨੇ ਆਪਣਾ ਗੌਰਮੈਂਟ ਨੂੰ ਦੱਸਤਾ ਸੀ ਆਈਆਰਸੀਸੀ ਵੈਬਸਾਈਟ ਹੈ canada.ca ਜਿੱਥੇ ਅਪਡੇਟ ਹੁੰਦਾ ਸਾਰਾ ਵੀਜ਼ਾ ਵੂਜ਼ਾ ਆਉਂਦਾ ਜਿੱਥੇ ਫਾਈਲ ਲੱਗਦੀ ਹੈ ਏਜੰਟ ਵੀ ਜਦੋਂ ਫਾਈਲ ਲਾਉਂਦਾ canada.ca ਤੇ ਸਬਮਿਟ ਹੁੰਦੀ ਹੈ ਸਾਰੀ ਉੱਥੇ ਵੀਜ਼ਾ ਹੁੰਦਾ ਉਹਨੂੰ ਜੀਸੀ ਕੀ ਕਿਹਾ ਜਾਂਦਾ ਹੁਣ ਮੈਂ ਉਸਨੂੰ ਬਿਆਸ ਦੱਸ ਦਿੰਦਾ ਬਰੀਫ ਦੇ ਵਿੱਚ ਉਹ ਜੀਸੀ ਕੀ ਹੁੰਦੀ ਆਪਾਂ ਖੁਦ ਆਪਾਂ ਅਕਾਊਂਟ ਕ੍ਰੀਏਟ ਕਰ ਸਕਦੇ ਉਹਦੇ ਲਈ ਈਮੇਲ ਚਾਹੀਦੀ ਤੇ ਪਾਸਵਰਡ ਚਾਹੀਦਾ ਹੁੰਦਾ ਉਹ ਜੀਸੀ ਦੇ ਕੀ ਦੇ ਵਿੱਚ ਬਾਈ ਨੇ ਜਿਹੜਾ ਆਪਦਾ ਪੁਰਾਣਾ ਏਜੰਟ ਸੀ ਉਹ ਤੋਂ ਆਪਦਾ ਅਸੈਸ ਲਿਆ ਜੀਸੀ ਕੀ ਉੱਥੋਂ ਲੈ ਕੇ ਆਇਓ ਤੇ ਜਿਹਨੇ ਚੌਕ ਚੇਂਜ ਕਰਾਉਣਾ ਕਾਲਜ ਨਹੀਂ ਆਉਂਦਾ ਕਿ ਨਵੀਂ ਜੀਸੀ ਬਣਾ ਲਿਓ ਉਹ ਜੀਸੀ ਕੀ ਦੇ ਕੀ ਹੁੰਦਾ ਕਿ ਗਵਰਨਮੈਂਟ ਜਿਹੜੀ ਵੀ ਇੱਥੇ ਬੈਠੀ ਆ ਜੋ ਅਥਾਰਟੀ ਆ ਜਿਹੜੀ ਸਟੱਡੀ ਪਰਮਿਟ ਇਸ਼ੂ ਕਰਦੀ ਆ ਵਰਕ ਪਰਮਿਟ ਇਸ਼ੂ ਕਰਦੀ ਆ ਉਹਨਾਂ ਨੂੰ ਬਾਈ ਨੇ ਮੇਲ ਪਾਈ ਆ ਉਹਦੇ ਵਿੱਚ ਪ੍ਰੋਪਰ ਦੱਸਿਆ ਵਾ ਸੀ ਕਿ ਫਸਟ ਮੈਂ ਆਹ ਤਰੀਕ ਨੂੰ ਮੇਰਾ ਕੋਰਸ ਸ਼ੁਰੂ ਸੀ ਆਹ ਮੇਰਾ ਕਾਲਜ ਸੀ ਆਹ ਮੇਰੀ ਪ੍ਰੋਵਿੰਸ ਸੀ ਉਹਦੇ ਵਿੱਚ ਮੈਂ ਇੰਨੀ ਫੀਸ ਪੇ ਕੀਤੀ ਵੀ ਸੀ ਤੇ ਇੰਨੇ ਟਾਈਮ ਦਾ ਮੇਰਾ ਕੋਰਸ ਸੀ ਜੋ ਕਿ ਮੈਂ ਚੇਂਜ ਕਰਵਾ ਕੇ ਆਹ ਕਾਲਜ ਲਿਆ ਦੁਰਮ ਕਾਲਜ ਇੰਨਾ ਕੋਰਸ ਆ 2 ਸਾਲ ਦਾ ਕੋਰਸ ਆ ਇਹਦੀ ਇੰਨੀ ਫੀਸ ਆ ਸਾਰਾ ਕੁਝ ਲਿਖ ਕੇ ਉਸ ਤੋਂ ਬਾਅਦ ਇਹਨੇ ਲਿਖਿਆ ਸੀ ਕਿ ਮੇਰਾ ਰੀਜ਼ਨ ਕੀ ਸੀ ਕਿ ਇਹਨੇ ਲਿਖਿਆ ਸੀ ਕਿ ਉੱਥੇ ਜਾ ਕੇ ਮੇਰੇ ਕੋਲ ਕੋਈ ਨਾਲ ਦਾ ਨਾ ਕੋਈ ਦੋਸਤ ਆ ਨਾ ਕਿ ਮੇਰੀ ਫੈਮਿਲੀ ਆ ਮੈਨੂੰ ਡਿਪਰੈਸ਼ਨ ਹੋ ਰਿਹਾ ਸੀ ਉੱਥੇ ਜਾ ਕੇ ਪਹਿਲਾਂ ਮੈਨੂੰ ਇਦਾਂ ਸੀ ਕਿ ਮੈਂ ਉੱਥੇ ਰਹਿ ਲੂੰਗਾ ਪਰ ਮੈਂ ਇੱਥੋਂ ਰਿਹਾ ਨਹੀਂ ਗਿਆ ਤਾਂ ਕਰਕੇ ਹੁਣ ਉਹਦੀ ਫੈਮਿਲੀ ਕੋਲੇ ਆਉਣ ਖਾਤਰ ਮੈਂ ਕਾਲਜ ਚੇਂਜ ਕਰਾਇਆ ਬਟ ਮੈਂ ਸਟੱਡੀ ਨਹੀਂ ਛੱਡ ਰਿਹਾ ਸਟੱਡੀ ਮੈਂ ਕੰਟੀਨਿਊ ਕਰਨੀ ਆ ਉਹਦੀ ਬਸ ਮੈਂ ਕਾਲਜ ਚੇਂਜ ਕਰਵਾਇਆ ਉਸ ਤੋਂ ਬਾਅਦ ਕੀ ਹੁੰਦਾ ਉਹ ਤੁਹਾਡੇ ਉਹ ਪ੍ਰੂਫ ਨੂੰ ਅਸੈਪਟ ਕਰ ਲੈਂਦੇ ਆ ਤੇ ਜਿਹੜਾ ਤੁਹਾਡਾ ਸਟੱਡੀ ਪਰਮਿਟ ਹੁੰਦਾ ਆਈਆਰਸੀ ਉਹ ਅਪਡੇਟ ਕਰ ਦਿੰਦੇ ਆ ਇਹ ਸਾਨੂੰ ਜ਼ਰੂਰੀ ਹੈ ਸਾਰੇ ਡਾਕੂਮੈਂਟਸ ਜਿਵੇਂ ਦੱਸਿਆ ਸੀ ਆਫਰ ਲੈਟਰ ਫੀਸ ਰਿਸਿਪਟ ਆਪਣੀ ਜਿਹੜੇ ਨਵੇਂ ਕਾਲਜ ਵਿੱਚ ਆਪਣਾ ਜੋ ਆਈਡੀ ਚਾਹੀਦੀ ਹੁੰਦੀ ਹੈ ਫਿਜ਼ੀਕਲ ਆਈਡੀ ਜਿਵੇਂ ਪਾਸਪੋਰਟ ਰੱਖ ਲਓ ਤੁਸੀਂ ਤੇ 5-6 ਹੋਰ ਡਾਕੂਮੈਂਟ ਆ ਉਹ ਤੁਸੀਂ ਨੀਚੇ ਉਹ ਕਰ ਦਿਓ ਮੈਂ ਡਾਕਸ ਫਾਈਲ ਬਣਾ ਕੇ ਨੀਚੇ ਅਟੈਚ ਕਰ ਦੂੰਗਾ ਨਹੀਂ ਬਾਈ ਦੀ ਆਈਡੀ ਹੈਗੀ ਡਾਇਰੈਕਟਲੀ ਮੈਸੇਜ ਕਰ ਲਓ ਨਹੀਂ ਆਪਣੇ ਕੋਲ ਮੈਨੂੰ ਤਾਂ ਨੌਲੇਜ ਹੈਗੀ ਕਿਉਂਕਿ ਮੈਂ ਪਹਿਲਾਂ ਵੀ 2-3 ਨਿਆਣੇ ਚੇਂਜ ਕਰਿਆ ਪਰ ਮੈਂ ਇੱਕ ਲਾਈਵ ਬੰਦਾ ਭਾਲ ਦੇ ਜਿਹਨਾਂ ਆਪਾਂ ਬਹਿ ਕੇ ਆਮਣੋ ਸਾਹਮਣੇ ਗੱਲ ਕਰ ਸਕੀਏ ਕਿਉਂਕਿ ਬਿਨਾਂ ਗੱਲੋਂ ਵੀਡੀਓ ਪਾਉਣ ਦਾ ਬਾਈ ਕੋਈ ਫਾਇਦਾ ਨਹੀਂ ਜੇ ਆਪਣੇ ਕੋਲ ਪ੍ਰੂਫ ਨਾ ਹੋਵੇ ਤਾਂ ਆਹ ਬਾਈ ਬੈਠਾ ਆਈਡੀ ਤੁਹਾਨੂੰ ਪਤਾ ਇਹਦੀ ਇਹਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਦੇਖੋ ਪ੍ਰੋਸੈਸ ਬਹੁਤ ਸੌਖਾ ਚੇਂਜ ਕਰਾਉਣ ਦਾ ਪਰ ਫੀਸ ਜਿਹੜੀ ਡੁੱਬਦੀ ਆ ਨਾ ਉਹ ਘਾਟਾ ਪਾਉਂਦੀ ਆ ਹੁਣ ਬਾਈ ਦੇ $11,000 ਡੁੱਬੇ ਆ $11,000 ਬਾਈ ਥੋੜੇ ਨਹੀਂ ਹੁੰਦੇ ਦੋ ਸਮੈਂਟਰਾਂ ਨੇ ਇੱਕ ਸਾਲ ਦੀ ਅਪਰੋਕਸੀਮੇਟਲੀ ਫੀਸ ਆ $4,000 ਹੋਰ ਪਾ ਕੇ ਇੱਕ ਸਾਲ ਦੀ ਫੀਸ ਬਣ ਜਾਂਦੀ ਹੈ $11,000 ਤੇ ਹੁਣ ਪ੍ਰੋਸੈਸ ਨੂੰ ਸਾਰਾ ਸਮਝ ਆ ਗਿਆ ਇੰਨੇ ਸਟੈਪ ਹੁੰਦੇ ਆ ਉਸ ਤੋਂ ਬਾਅਦ ਆਈਆਰਸੀ ਨੂੰ ਅਪਡੇਟ ਕਰਾਉਣਾ ਹੁਣ ਇਹ ਕੰਮ ਤੁਸੀਂ ਏਜੰਟ ਦੁਆਰਾ ਵੀ ਕਰ ਸਕਦੇ ਹੋ ਜਿਹਨਾਂ ਦਾ ਚਾਰਜਸ ਹੈਗਾ 3,000
ਸੌਰੀ ਆਫਰ ਲੈਟਰ ਦੀ ਫੀਸ ਪੇ ਕਰਨੀ ਹੈ ਫੀਸ ਪੇ ਕਰਨੀ ਹੈ ਫੀਸ ਹੁੰਦੀ ਹੈ ਕਈਆਂ ਦੀ ਫ੍ਰੀ ਹੁੰਦੀ ਹੈ ਕਈ $100 ਚਾਰਜ ਕਰਦੇ ਆ ਤਾਂ ਉਸ ਤੋਂ ਬਾਅਦ ਜ਼ਿਆਦਾ ਨਹੀਂ ਤੁਸੀਂ ਆਪ ਕਰੋਗੇ ਤਾਂ $500-$400 ਦੇ ਵਿੱਚ ਵਿੱਚ ਤੁਹਾਡਾ ਸਾਰਾ ਖਰਚਾ ਨਿਕਲ ਆਉਣਾ ਉੱਥੇ ਜਾਣ ਆਉਣ ਦਾ ਟਰੈਵਲ ਕਰਕੇ ਸਾਰਾ ਹੋ ਜਾਣਾ ਏਜੰਟ ਤੋਂ ਕਰਾਉਗੇ ਤਾਂ ਨੇਅਰ $3,500 ਦਾ ਤੇ ਪ੍ਰੋਸੈਸ ਬਹੁਤ ਛੋਟਾ ਹੈਗਾ ਬਾਈ ਦੀ ਆਈਡੀ ਆ ਡਾਇਰੈਕਟ ਮੈਸੇਜ ਕਰ ਲਓ ਸਾਰੀ ਹੈਲਪ ਕਰੂਗਾ ਤੁਹਾਨੂੰ ਔਨ ਕਾਲ ਵੀ ਕਾਲ ਕਰਨੀ ਹੈ ਬਾਈ ਨੂੰ ਕਾਲ ਵੀ ਕਰ ਲਓ ਚਾਹੇ ਕੁੜੀ ਆ ਚਾਹੇ ਮੁੰਡਾ ਚਾਹੇ ਕਿਹਦੀ ਫੈਮਿਲੀ ਆ ਕੋਈ ਵੀ ਕੁਸ਼ਚਨ ਆ ਬਾਈ ਨੂੰ ਜਸਵਾਲ ਨੂੰ ਸਿੱਧਾ ਜਾ ਕੇ ਮੈਸੇਜ ਕਰ ਲਓ ਤੁਹਾਨੂੰ ਨਾਲ ਦਾ ਰਿਪਲਾਈ ਆਜੂਗਾ ਬਾਕੀ ਗੁਰੀ ਵੀ ਆ ਜੇ ਇਸ ਟਾਈਮ ਕਿਸੇ ਨੂੰ ਔਸ਼ਵਾ ਕੈਂਪਸ ਦੇ ਵਿੱਚ ਕੋਈ ਵੀ ਲੋੜ ਆ ਕਿਸੇ ਦਾ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਕਿਸੇ ਦਾ ਕੋਈ ਕਾਲਜ 'ਚ ਦਿੱਕਤ ਆ ਰਹੀ ਆ ਕੋਈ ਰਿਸਪੋਂਸ ਨਹੀਂ ਆ ਰਿਹਾ ਇੰਡੀਆ ਤੋਂ ਕਈਆਂ ਨੇ ਓਵਰਲੇਟ ਕੀਤਾ ਨਹੀਂ ਪਤਾ ਲੱਗ ਰਿਹਾ ਗੁਰੀ ਨੂੰ ਮੈਸੇਜ ਕਰ ਦਿਓ ਤੂੰ ਆਪ ਹੀ ਜਾ ਕੇ ਕਾਲਜ 'ਚ ਜਾ ਕੇ ਪਤਾ ਕਰਕੇ ਤੁਹਾਡਾ ਦੱਸ ਦਿਓ ਤੁਹਾਡਾ ਕਿੱਥੇ ਚੱਲ ਰਿਹਾ ਪ੍ਰੋਸੈਸ ਇੰਨੀ ਕੁ ਵੀਡੀਓ ਸੀ ਬਾਈ ਲਾਈਵਸ ਨੂੰ ਪਤਾ ਲੱਗ ਗਿਆ ਜੇ ਤੁਹਾਡੇ ਕੋਈ ਵੀ ਡਾਊਟ ਆ ਨਾ ਚੁੱਪ ਕਰਕੇ ਥੱਲੇ ਕਮੈਂਟ ਕਰ ਦਿਓ ਨਹੀਂ ਮੈਨੂੰ ਡੀਐਮ ਕਰ ਦਿਓ ਗੁਰੀ ਕੈਨੇਡੀਅਨ ਬਲੌਗ ਤੇ ਇੰਸਟਾਗ੍ਰਾਮ ਤੇ ਆਈਡੀ ਆ ਆਪਣਾ ਗੁਰੀ ਆ ਆਈ _ਗੁਰੀ ਗੁਰੀ ਨਾਂ ਤੇ ਉਹਦੀ ਆਈਡੀ ਆ ਤੇ ਨਾਲ ਆਪਣਾ ਜਸਵਾਲ ਦੇ ਬਾਈ ਤੇਰੀ ਆਈਡੀ ਕੀ ਸੀ ਔਜਸ ਜਸਵਾਲ _003 ਹਾਂ ਹੁਣ ਤੁਹਾਨੂੰ ਆਈਡੀਆਂ ਪਤਾ ਲੱਗ ਗਿਆ ਨਾ ਦੇਖੋ ਤੁਹਾਡੇ ਮੂਹਰੇ ਟਰੁੱਥ ਰੱਖਿਆ ਸੱਚ ਰੱਖਿਆ ਅਸੀਂ ਲੋਕਾਂ ਵਾਂਗੂ ਝੂਠ ਨਹੀਂ ਬੋਲਿਆ ਕਿ ਭਾਈ ਆਹ ਪ੍ਰੋਸੈਸ ਨੇ ਇੰਨੇ ਪੈਸੇ ਡੁੱਬ ਜਾਂਦੇ ਸਲਾਹ ਤਾਂ ਸਾਡੀ ਇਵੇਂ ਹੀ ਹੈ ਕਿ ਤੁਸੀਂ ਪਹਿਲਾਂ ਹੀ ਸੋਚ ਸਮਝ ਕੇ ਕਾਲਜ ਚੂਜ਼ ਕਰੋ ਤੇ DLI ਨੰਬਰ ਪਹਿਲਾਂ ਸਭ ਤੋਂ ਪਹਿਲਾਂ ਉਹੀ ਦੇਖੋ ਕਿ ਹੈ ਕਿ ਨਹੀਂ ਹੈ ਕਿਉਂਕਿ ਇੱਥੇ ਆ ਕੇ ਰੋਣ ਦਾ ਕੋਈ ਫਾਇਦਾ ਨਹੀਂ ਹੈ ਫਿਰ ਦੇਖੋ ਇੱਥੇ ਆ ਕੇ ਤਾਂ ਪੈਸੇ ਗਵਾਓਗੇ ਹੋਰ ਕੁਛ ਨਹੀਂ ਇੱਥੇ ਕੋਈ ਵੀ ਬੰਦਾ ਬੈਠਾ ਨਾ ਕੋਈ ਵੀ ਸਿਰਫ ਤੁਹਾਡੀ ਜੇਬ ਚ ਪੈਸੇ ਕਢਾਊਗਾ ਹੋਰ ਉਹਨਾਂ ਨਾਲ ਕੋਈ ਤੁਹਾਡਾ ਸਕਾ ਨਹੀਂ ਹੈ ਮੈਂ ਪਹਿਲਾਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਨਾ ਏਜੰਟਾਂ ਕੋਲੇ ਜਾਣ ਤੋਂ ਪਹਿਲਾਂ ਦੇਖੋ ਤੁਹਾਨੂੰ ਇੰਡੀਆ ਤੋਂ ਆਉਣ ਲੱਗੇ ਸਟੱਡੀ ਪਰਮਿਟ ਅਪਲਾਈ ਕਰਨ ਲਈ ਕਿਹੜੀ ਚੀਜ਼ ਚਾਹੀਦੀ ਆ ਆਫਰ ਲੈਟਰ ਹੁਣ ਤੁਸੀਂ ਨੈਟ ਤੇ ਜਾ ਕੇ ਦੇਖੋ ਕੈਨੇਡਾ ਦੇ ਕਿੰਨੇ ਕਾਲਜ ਨੇ ਉਸ ਤੋਂ ਬਾਅਦ ਚੈੱਕ ਕਰੋ ਕਿ ਤੁਹਾਡੇ ਦੋਸਤਾਂ ਦੇ ਨੇੜੇ ਤੁਹਾਡੇ ਫੈਮਿਲੀ ਦੇ ਨੇੜੇ ਕਿਹੜਾ ਕਾਲਜ ਆ ਉਹ ਕਾਲਜ ਦਾ ਨਾਮ ਹਾਂ ਇੱਕ ਲਿਸਟ ਤਿਆਰ ਕਰ ਲਓ ਆਪਦੇ ਨੋਟਪੈਡ ਦੇ ਵਿੱਚ ਉਸ ਤੋਂ ਬਾਅਦ ਗੂਗਲ ਤੇ ਜਾਓ ਉਹ ਕਾਲਜ ਦਾ ਨਾਮ ਭਰੋ ਨਾਲ DLMA ਨੰਬਰ ਭਰੋ ਜੇ ਉੱਥੇ ਉਹਦਾ ਨੰਬਰ ਸ਼ੋ ਹੋ ਰਿਹਾ canada.ca ਤੇ ਤੁਹਾਡਾ ਉਹ ਲਿਸਟ ਆ ਜਾਂਦੇ ਸਾਰੇ ਕਾਲਜਾਂ ਦੀ ਉੱਥੋਂ ਚੈੱਕ ਕਰ ਸਕਦੇ ਹੋ ਉੱਥੋਂ ਚੈੱਕ ਕਰਕੇ ਤੁਹਾਨੂੰ ਪ੍ਰੂਫ ਮਿਲ ਗਿਆ ਕਿ ਹਾਂ ਕਾਲਜ ਮੇਰੇ ਲਈ ਵਧੀਆ ਹੈਗਾ ਫਿਰ ਉਹ ਲਿਸਟ ਆਪਦੇ ਏਜੰਟ ਨੂੰ ਦਿਓ ਕਿ ਇਹ ਚ ਹੀ ਮੇਰੀ ਫੀਸ ਕਰ ਇਹ ਚ ਹੀ ਮੈਂ ਵੀਜ਼ਾ ਲੈਣਾ ਏਜੰਟ ਆਪਦਾ ਕੋਰਸ ਕਿਉਂ ਦਿੰਦੇ ਆ ਆਪਦੇ ਕਾਲਜ ਕਿਉਂ ਦਿੰਦੇ ਆ ਪ੍ਰਾਈਵੇਟ ਕਿਉਂਕਿ ਕਮਿਸ਼ਨ ਆ ਇੱਕ ਜਵਾਕ ਦੀ ਜੇ ਉਹ 16-16 lakh ਰੁਪਇਆ ਮੰਨ ਕੇ ਚੱਲ ਸਾਰਾ ਖਰਚਾ ਭਰ ਦੇ ਨਾ ਕਾਲਜ ਨੂੰ ਫੀਸ ਤਾਂ ਉਹਦੇ ਵਿੱਚੋਂ ਘੱਟੋ ਘੱਟ 2.5-3 lakh ਰੁਪਇਆ ਉਹਨੂੰ ਵਾਪਸ ਆਉਂਦਾ ਰਿਫੰਡ ਕਰ ਦੇ ਕਿ ਉਹਨਾਂ ਨੇ ਬੱਚਾ ਭੇਜਿਆ ਇੱਥੇ ਜੇ ਪ੍ਰਾਈਵੇਟ ਕਾਲਜ ਨੇ 4-4 lakh ਰੁਪਇਆ ਵਾਪਸ ਭੇਜਦੇ ਏਜੰਟ ਨੂੰ ਕਿ ਸਾਡੇ ਪਾਸੇ ਤੋਂ ਬੱਚੇ ਭੇਜੋ ਤਾਂ ਹੀ ਕਰਕੇ ਕੈਨੇਡਾ ਗਵਰਨਮੈਂਟ 19 ਸਟਿੱਕ ਹੋਈ ਜਾਂਦੀ ਉਹਨਾਂ ਸਾਰੇ ਜਵਾਕ ਕੱਢ ਕੇ ਬਾਹਰ ਮਾਰੇ ਸੋਰੀ ਸਾਰੇ ਕਾਲਜ ਲਿਸਟ ਚੋਂ ਕੱਢ ਕੇ ਬਾਹਰ ਮਾਰੇ ਉਹਨੇ ਇੰਨੀ ਕੁ ਬਾਈ ਵੀਡੀਓ ਸੀ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਾ ਕਰੋਗੇ ਬਾਈ ਤੁਹਾਡੀ ਮਰਜ਼ੀ ਆ ਤੇ ਜੇ ਕਰ ਲਓਗੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਣਾ ਤੇ ਲਾਈਵ ਤੁਹਾਨੂੰ ਵੀਡੀਓ ਪਤਾ ਲੱਗ ਗਈ ਨਾ ਹੁਣ ਕੋਈ ਹੋਰ ਵੀ ਮੇਰੇ ਕੋਲ ਦੋ ਸਟੂਡੈਂਟ ਜਿਨ੍ਹਾਂ ਨੇ ਚੇਂਜ ਕਰਾਉਣਾ ਉਹਨਾਂ ਦਾ ਲਾਈਵ ਪ੍ਰੋਸੈਸ ਚੇਂਜ ਕਰਾਂਗੇ ਅਸੀਂ ਉਹ ਵੀ ਸਾਰੇ ਪਾਰਟ ਆਈ ਚੈਨਲ ਤੇ ਆਉਣਗੇ ਮਿਲਦੇ ਆਉਣ ਬਈ ਅਗਲੇ ਬਲੌਗ ਦੇ ਵਿੱਚ ਧੰਨਵਾਦ ਧੰਨਵਾਦ ਬਈ ਬਲੌਗ ਦੇਖਣ ਲਈ।